ਦੇਖੋ ਜਿਹੜੀ ਯਾਦਗਾਰ ਬਣ ਰਹੀ ਹੈ ਉਹਦੇ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ ਔਰ ਜਿਹੜਾ ਇਹਨਾਂ ਨੇ ਸਟਾਫ ਵਾਸਤੇ ਜੋ ਕੰਮ ਕੀਤਾ ਹੈ ਉਹ ਵਧਾਈ ਦੇ ਪਾਤਰ ਹਨ। ਦੇਖੋ ਯਾਦਗਾਰ ਵਾਸਤੇ 29 ਸਾਲ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਲੜਾਈ ਲੜ ਰਹੀ ਸੀ ਕਿ ਜੋ ਸੈਂਟਰ ਦੀ ਸਰਕਾਰ ਹੈ ਉਹ ਜਗ੍ਹਾ ਦੇਵੇ, ਮਗਰ ਸੈਂਟਰ ਦੀ ਸਰਕਾਰ ਨੇ ਜਗ੍ਹਾ ਨਹੀਂ ਦਿੱਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਰਕਾਬਗੰਜ ਦੇ ਵਿੱਚ ਜੋ ਇਹ ਸਾਨੂੰ ਫੈਸਲਾ ਲੈਣਾ ਪਿਆ, ਜੋ ਕਮੇਟੀ ਬਣਾਈ ਗਈ 11 ਮੈਂਬਰ ਦੀ, ਉਹ ਬੜਾ ਸ਼ਲਾਘਾਯੋਗ ਕਦਮ ਸੀ। ਔਰ ਜਿਹੜਾ ਇਹ 1984 ਦਾ ਪੁਲਿਸ ਦਾ ਜਿਹੜਾ ਕੰਮ ਸੀ ਕਿ ਪੁਲਿਸ ਕਹਿ ਰਹੀ ਹੈ ਇਹਦੇ 'ਚ ਬਹੁਤ ਵੱਡਾ ਘੁਟਾਲਾ ਹੋਇਆ, ਅੱਜ 29 ਸਾਲ ਬਾਅਦ ਪੁਲਿਸ ਨੂੰ ਕਿੱਥੇ ਯਾਦ ਆ ਗਈ ਕਿ ਇਹਦੇ 'ਚ ਬੜਾ ਵੱਡਾ ਘੁਟਾਲਾ ਹੋਇਆ ਹੈ। ਜੇ ਮੈਂ ਕਹਿੰਦਾ ਘੁਟਾਲਾ ਹੋਇਆ, ਘੁਟਾਲੇ ਤੋਂ ਪਹਿਲੇ ਉਹ ਦੱਸੇ ਕਿ ਜੋ ਪ੍ਰਧਾਨ ਮੰਤਰੀ ਨੇ 715 ਕਰੋੜ ਰੁਪਏ ਦਾ ਜੋ ਪੈਕੇਜ ਅਨਾਊਂਸ ਕੀਤਾ ਸੀ ਉਹਦੇ ਵਿੱਚ ਦਿੱਲੀ ਸਰਕਾਰ ਨੇ ਅੱਜ ਤੱਕ ਦੰਗਾ ਪੀੜਤਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ, ਕੋਈ ਉਹਨਾਂ ਨੂੰ ਪੈਸਾ ਨਹੀਂ ਦਿੱਤਾ। ਜਿਹੜੇ ਲੋਕ ਮਾਰੇ ਗਏ ਸੀ ਉਹਨਾਂ ਨੂੰ ਸਾਡੇ ਪਹਿਲੇ 3 ਲੱਖ ਮਿਲਿਆ ਸੀ, 3 ਲੱਖ ਤੋਂ ਬਾਅਦ ਦੁਬਾਰਾ ਉਹਨਾਂ ਨੇ ਪੈਸਾ ਨਹੀਂ ਦਿੱਤਾ। ਅੱਜ ਇਹ ਜਿਹੜੀ ਨਈਂ ਪੁਲਿਸ ਦੀ ਗੱਲ ਆਈ ਹੈ, ਅਸੀਂ ਉਹਦੇ ਤੋਂ ਬਿਲਕੁਲ ਵਾਫਕ ਨਹੀਂ ਹੈਗੇ ਕਿ ਇਹ ਜੋ ਨਿਆ ਉਹਨਾਂ ਨੇ ਕਿਹਾ ਘੁਟਾਲਾ ਆਇਆ, ਇਹ 29 ਸਾਲ ਬਾਅਦ ਕਿੱਥੇ ਉਹਨਾਂ ਨੂੰ ਯਾਦ ਆ ਗਿਆ। ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ, ਕੌਣ ਲੋਕ ਹੈਗੇ।